ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਮਾਨਾਵਾਲਾ ਤਹਿਸੀਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਦੁਸਹਿਰੇ ਵਾਲੇ ਦਿਨ ਜੋ ਕਿ ਸਾਰੇ ਹੀ ਮਤਲਬ ਸੂਲਕਾਠ ਆਦਿਵਾਸੀ ਮੂਲ ਨਿਵਾਸੀ ਸਾਰੇ ਸੰਗਤਾਂ ਇਕੱਠੇ ਹੋ ਗਏ। ਅੱਜ ਆਪਾਂ ਰਾਮ ਦਾ ਪੁਤਲਾ ਲੂਣ ਲੱਗੇ ਹਾਂ, ਕਿਉਂਕਿ ਸਾਡੇ ਵੱਡ ਵਡੇਰੇ ਜਿਹੜੇ ਸਾਡਾ ਰਾਵਣ ਉਹ ਮਾੜਾ ਨਹੀਂ ਸੀ, ਬਹੁਤ ਵਧੀਆ ਕੰਮ ਕੀਤਾ। ਚਾਰ ਵੇਦ ਗਿਆਨੀ ਸੀ, ਉਹਨੂੰ ਲੂੰਦੇ ਰਹੇ ਲੋਕ। ਅਸੀਂ ਅੱਜ ਰਾਮ ਨੂੰ ਲੂਣ ਲੱਗੇ ਹਾਂ, ਆਪਣੀ ਨਵੀਂ ਪ੍ਰਥਾ ਚਲਾਤੀ ਅਸੀਂ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਮਨਾਵਾਲਾ ਪਿੰਡ ਦੇ ਕੁਝ ਲੋਕਾਂ ਨੂੰ ਸ਼੍ਰੀ ਰਾਮ ਦਾ ਪੁਤਲਾ ਬਣਾ ਕੇ ਫੂਕਣ ਦੇ ਆਰੋਪ ਦੇ ਵਿੱਚ ਗ੍ਰਿਫਤਾਰ ਕੀਤਾ। ਪੁਲਿਸ ਨੇ ਬੀਤੇ ਦਿਨੀ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਆਰੋਪ ਦੇ ਵਿੱਚ FIR ਦਰਜ ਕੀਤੀ ਹੈ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਇਹਨਾਂ ਵਿਅਕਤੀਆਂ ਦੇ ਨਾਮ ਚੰਦਨ ਸਿੰਘ ਦੇ ਬੇਟੇ ਅੰਗਰੇਜ਼ ਸਿੰਘ, ਤਰਲੋਕ ਸਿੰਘ ਦੇ ਬੇਟੇ ਅੰਗਰੇਜ਼ ਸਿੰਘ, ਜਤਿੰਦਰ ਸਿੰਘ ਅਤੇ 10 ਅਗਿਆਤ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅੱਜ ਬੇਸਿਕਲੀ ਇੱਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬੜਾ ਵਾਇਰਲ ਹੋ ਰਿਹਾ ਹੈ, ਜਿਹਦੇ ਵਿੱਚ ਜਿਹੜੇ ਹੈਗੇ ਲਾਰਡ ਰਾਮ ਹੈ ਉਹਨਾਂ ਦੀ ਕੁਛ ਮਤਲਬ ਫੋਟੋਜ਼ ਜਿਹੜੀ ਹੈ ਉਹ ਮਤਲਬ ਕਿ ਜਲਾਈ ਜਾ ਰਹੀ ਹੈ, ਔਰ ਇਹ ਵੀਡੀਓ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਅਤੇ ਇਸ ਦੇ ਸੰਬੰਧ ਦੇ ਵਿੱਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਬਿਲਕੁਲ ਨੋ ਟੋਲਰੈਂਸ ਅਪਰੋਚ ਰੱਖਦੇ ਹੋਏ ਜਿਹੜਾ ਸਖ਼ਤ ਲੀਗਲ ਐਕਸ਼ਨ ਹੈ ਉਹ ਲਿੱਤਾ ਗਿਆ। ਔਰ ਕੱਲ੍ਹ ਸ਼ਾਮ ਨੂੰ ਇਹ ਇੰਸੀਡੈਂਟ ਜਿਹੜਾ ਹੈਗਾ ਇਹ ਸਾਡੇ ਧਿਆਨ ਦੇ ਵਿੱਚ ਆਇਆ ਸੀ, ਔਰ ਉਦੋਂ ਹੀ ਇਮੀਡੀਏਟਲੀ DSP ਅਟਾਰੀ ਔਰ SHO ਲੋਪੋਕੇ ਨੇ FIR ਜਿਹੜੀ ਹੈ ਦਰਜ ਕੀਤੀ ਇਸ ਮਸਲੇ ਦੇ ਸੰਬੰਧ ਦੇ ਵਿੱਚ। ਔਰ ਜਿਹੜਾ ਮੇਨ ਮਤਲਬ ਕਿ ਬੰਦਾ ਹੈਗਾ ਜਿਹੜੀ ਓਫੈਂਸਿਵ ਕਮੈਂਟਰੀ ਵੀਡੀਓ ਦੇ ਵਿੱਚ ਕਰ ਰਿਹਾ ਉਹ ਮੇਨ ਇਹ ਬਿਲੀਵ ਕਰਦੇ ਹੋ ਕਿ ਵੀਡੀਓ ਦੇ ਵਿੱਚ ਕੀ ਹੈ? ਵੀਡੀਓ ਦੇ ਵਿੱਚ ਜੀ ਓਫੈਂਸਿਵ ਕਮੈਂਟਰੀ ਸੀ, ਓਫੈਂਸਿਵ ਗੱਲਾਂ ਸੀਗੀਆਂ। ਇਹਨੇ ਵੀਡੀਓ ਕਿਸ ਤਰ੍ਹਾਂ ਦੀ ਸੀ? ਆਲਰੇਡੀ ਜੀ ਪਬਲਿਕ ਡੋਮੇਨ ਦੇ ਵਿੱਚ ਹੈਗੀ, ਅਤੇ ਮੈਂ ਇਸ ਕਰਕੇ ਵੀਡੀਓ ਦੀ ਓਫੈਂਸਿਵ ਕਮੈਂਟਰੀ 'ਤੇ ਨਹੀਂ ਮੈਂ ਕਮੈਂਟ ਕਰਨਾ ਚਾਹਾਂਗਾ, ਪਰ ਓਫੈਂਸਿਵ ਕਮੈਂਟਰੀ ਸੀ ਵੀਡੀਓ ਦੇ ਵਿੱਚ। ਕੀ ਹੁਣ ਕਾਰਵਾਈ ਕੀ ਕੀਤੀ ਗਈ ਇਹਨਾਂ ਬੰਦਿਆਂ ਨੂੰ ਅਰੈਸਟ, ਅਤੇ ਕਿੰਨੇ ਬੰਦੇ ਦਾ? ਟੋਟਲ ਜੀ 4 ਬੰਦੇ ਅਰੈਸਟ ਹੋਏ ਹੈ। ਇਹਦੇ ਵਿੱਚ ਜਿਹੜੇ ਮੇਨ ਪਰਸਨ ਕਮੈਂਟਰੀ ਦੇ ਰਹੇ ਸੀ ਵੀਡੀਓ ਦੇ ਵਿੱਚ ਓਫੈਂਸਿਵ ਲੈਂਗੁਏਜ ਦਾ ਜਿਹੜੇ ਇਸਤੇਮਾਲ ਕਰ ਰਹੇ ਸੀ ਉਹ ਵੀ ਅਰੈਸਟ ਹੋਏ ਹੈ। ਉਹਨਾਂ ਦੇ 3 ਔਰ ਜਿਹੜੇ ਸਾਥੀ ਹੈ ਉਹ ਪੁਲਿਸ ਵੱਲੋਂ ਅਰੈਸਟ ਕਰਤੇ ਗਏ। ਇਹ ਪਹਿਲੀ ਘਟਨਾ, ਪਹਿਲੀ ਵਾਰ ਇਸ ਤਰ੍ਹਾਂ ਦਾ ਹੋਇਆ ਮਾਮਲਾ ਦਰਜ, ਅਤੇ ਕੀ ਕਾਰਵਾਈ ਅੱਗੇ ਤੋਂ ਕੀਤੀ ਜਾਏਗੀ? ਸਭ ਤੋਂ ਸੋਚ ਕਰ ਇਸ ਦੇ ਵਿੱਚ ਜੋ ਵੀ ਮਤਲਬ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਊਗੀ। ਇਹਦੇ ਵਿੱਚ ਪੁਲਿਸ ਵੱਲੋਂ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਹੈ 295A ਹੈ, ਹਰਟਿੰਗ ਰਿਲੀਜੀਅਸ ਸੈਂਟੀਮੈਂਟਸ, ਜੋ ਵੀ ਲੀਗਲ ਐਕਸ਼ਨ ਲੈਣਾ ਬਣਦਾ ਹੈ ਉਹ ਪੁਲਿਸ ਵੱਲੋਂ ਲਿੱਤਾ ਗਿਆ ਹੈ। ਔਰ ਜਿਹੜੇ ਮੇਨ ਅਕਿਊਜ਼ਡ ਵੀ ਇਨਵੋਲਵਡ ਹੈ ਉਹ ਵੀ ਪੁਲਿਸ ਵੱਲੋਂ ਕੱਲ੍ਹ ਸ਼ਾਮ ਨੂੰ ਹੀ ਇਨਫੈਕਟ ਪਰਚਾ ਹੋਇਆ ਸੀ, ਔਰ ਕੱਲ੍ਹ ਰਾਤ ਨੂੰ ਹੀ ਉਹ ਪੁਲਿਸ ਵੱਲੋਂ ਅਰੈਸਟ ਕਰ ਲਿੱਤੇ ਗਏ। ਅਜੇ ਜੀ ਪਰਸਨਸ ਅਰੈਸਟ ਹੋਏ ਹੈ, ਸਾਡੀ ਕਸਟਡੀ 'ਚ ਹੈਗੇ, ਅਜੇ ਇਟਸ ਮੈਟਰ ਆਫ ਫਰਦਰ ਇਨਵੈਸਟੀਗੇਸ਼ਨ, ਅਤੇ ਜੋ ਵੀ ਇਹਨਾਂ ਦੇ ਕੋਈ ਡਿਟੇਲ ਮੋਟਿਵ ਵਗੈਰਾ ਸੀਗੇ ਉਹ ਸਾਰੇ ਅਸੀਂ ਉਸ ਦੀ ਜਾਂਚ ਕਰਾਂਗੇ। ਪਰ ਇੰਨਾ ਜ਼ਰੂਰ ਮੈਂ ਕਹਿਣਾ ਚਾਹਾਂਗਾ ਕਿ ਜਦੋਂ ਇਹ ਵੀਡੀਓ ਸਾਡੇ ਧਿਆਨ ਦੇ ਵਿੱਚ ਆਈ ਤਾਂ ਤੁਰੰਤ DSP ਅਟਾਰੀ ਔਰ SHO ਲੋਪੋਕੇ ਨੇ FIR ਦਰਜ ਕੀਤੀ, ਔਰ ਜਿਹੜੇ ਮੇਨ ਐਕਿਊਜ਼ ਸੀ ਉਹਨਾਂ ਨੂੰ ਵੀ ਰਾਤ ਨੂੰ ਹੀ ਰਾਊਂਡ ਅਪ ਕਰ ਲਿੱਤਾ ਗਿਆ। ਔਰ ਸਾਡੇ ਵੱਲੋਂ ਮਤਲਬ ਬਿਲਕੁਲ ਇਸ ਮਸਲੇ 'ਤੇ ਜੋ ਵੀ ਮਤਲਬ ਕਿ ਸਟ੍ਰਿਕਟ ਤੋਂ ਜਿਹੜੀ ਵੀ ਆਪਣੀ ਸਟ੍ਰਿਕਟ ਲੀਗਲ ਐਕਸ਼ਨ ਹੈ ਉਹ ਲਿੱਤਾ ਜਾ ਰਿਹਾ ਹੈ।
ਇਹ ਸਾਰੇ ਐਕਿਊਜ਼ ਜਿਹੜੇ ਹੈਗੇ ਮਾਨਾਵਾਲਾ ਪਿੰਡ ਥਾਣੇ ਲਪੋਕੇ ਦੇ ਰਹਿਣ ਵਾਲੇ ਆ। ਇਹਦੇ ਵਿੱਚ ਜਿਹੜਾ ਮੇਨ ਬੰਦਾ ਵੀਡੀਓ ਦੇ ਵਿੱਚ ਗੱਲਾਂ ਕਰ ਰਿਹਾ ਹੈ ਉਸਦਾ ਨਾਮ ਹੈ ਅਮਰੀਤ ਸਿੰਘ ਸਨ ਆਫ ਚੰਨਣ ਸਿੰਘ, ਅਤੇ ਉਸ ਤੋਂ ਇਲਾਵਾ ਤਿੰਨ ਮੁੰਡੇ ਔਰ ਹੈਗੇ ਉਹਨਾਂ ਦੇ ਸਾਥੀ, ਔਰ ਚਾਰੋ ਦੋਸ਼ੀ ਜਿਹੜੇ ਆ ਉਹ ਮਾਨਾਵਾਲਾ ਪਿੰਡ ਥਾਣੇ ਲਪੋਕੇ ਦੇ। ਸਰ ਇਹ ਵੀਡੀਓ ਜਿਹੜੀ ਗੈਪ ਬਿਲਕੁਲ ਵੀ ਨਹੀਂ ਪਿਆ, ਜਿਵੇਂ ਮੈਂ ਕਿਹਾ ਜਿੱਦਾਂ ਹੀ ਇਹ ਮਸਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਤੁਰੰਤ ਐਫ ਆਈ ਆਰ ਦਰਜ ਕੀਤੀ ਗਈ, ਔਰ ਆਈ ਥਿੰਕ ਬਿਲਕੁਲ ਇਮੀਡੀਏਟਲੀ ਉਸ ਤੋਂ ਬਾਅਦ ਬੰਦੇ ਵੀ ਅਰੈਸਟ ਹੋ ਗਏ ਸੀ। ਇਹ ਪੁਲਿਸ ਦੇ ਧਿਆਨ ਦੇ ਵਿੱਚ ਮਾਮਲਾ ਕੱਲ੍ਹ ਸ਼ਾਮ ਨੂੰ ਆਇਆ ਸੀ, ਔਰ ਕੱਲ੍ਹ ਹੀ ਫਿਰ ਤੁਰੰਤ ਐਫ ਆਈ ਆਰ ਦਰਜ ਕਰਕੇ ਜਿਹੜੇ ਮੇਨ ਦੋਸ਼ੀ ਸੀ ਉਹ ਵੀ ਅਰੈਸਟ ਹੋ ਗਏ। ਮੀਡੀਆ ਦੇ ਮਾਧਿਅਮ ਮੇਰੇ ਵੱਲੋਂ ਜੀ ਇਹੀ ਸੰਦੇਸ਼ ਹੈ ਕਿ ਅਸੀਂ ਲੋਅ ਅਬਾਈਡਿੰਗ ਸਿਟੀਜ਼ਨਸ ਬਣੀਏ, ਔਰ ਮਤਲਬ ਕਿ ਜੋ ਵੀ ਆਪਣੀ ਜ਼ਿੰਮੇਵਾਰੀਆਂ ਹੈ ਲੀਗਲ ਰਿਸਪੋਂਸੀਬਿਲਟੀਜ਼ ਉਹਨਾਂ ਨੂੰ ਅਸੀਂ ਫੋਲੋ ਕਰੀਏ। ਰਿਸਪੈਕਟਡ ਸਰ ਜੀ, ਜਿਹੜੇ ਇਸ ਇੰਸੀਡੈਂਟ ਦੇ ਮੇਨ ਜਿਹੜੇ ਮਾਸਟਰ ਮਾਈਂਡ ਹੈ ਔਰ ਉਸ ਤੋਂ ਇਲਾਵਾ ਉਹਨਾਂ ਦੇ ਤਿੰਨ ਸਾਥੀ ਹੈ, ਉਹ ਤਾਂ ਪੁਲਿਸ ਵੱਲੋਂ ਤੁਰੰਤ ਅਰੈਸਟ ਕਰੀ ਲਿੱਤੇ ਗਏ। ਜੀ ਸਰ, ਇਸ ਤੋਂ ਬਾਅਦ ਹੁਣ ਜਿਹੜੀ ਫਰਦਰ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਇਸ ਦੀ, ਅਜੇ ਫਰਦਰ ਅਸੀਂ ਇਨਵੈਸਟੀਗੇਸ਼ਨ ਦਾ ਉਹ ਪਾਰਟ ਹੈ, ਇਹ ਸਾਡੀ ਕਸਟਡੀ 'ਚ ਹੈ, ਤਾਂ ਜੋ ਵੀ ਅੱਗੇ ਫਰਦਰ ਕੋਈ ਜਿਵੇਂ ਤੁਸੀਂ ਕਹਿ ਰਹੇ ਹੋ ਮਨਸ਼ਾ ਹੈ ਜੋ ਵੀ, ਉਹ ਸਾਰੇ ਮੈਟਰਸ ਇਨਵੈਸਟੀਗੇਟ ਕੀਤੇ ਜਾਣ। ਸਰ ਉਹਦੇ ਵਿੱਚ ਕਹਿ ਉਹ ਜੀ, ਇਟ ਇਜ਼ ਆਲ ਅ ਮੈਟਰ ਆਫ ਇਨਵੈਸਟੀਗੇਸ਼ਨ, ਹਜੇ ਇਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ, ਪਰ ਇਹ ਹੈ ਕਿ ਜ਼ਰੂਰ ਹੁਣ ਇਹ ਐਕਿਊਜ਼ ਸਾਡੇ ਕਸਟਡੀ 'ਚ ਹੈ, ਸੋ ਅਸੀਂ ਬਿਲਕੁਲ ਉਹ ਡੂੰਘਾਈ ਨਾਲ ਹਰੇਕ ਤੱਕ 'ਤੇ ਇਨਵੈਸਟੀਗੇਸ਼ਨ ਕਰਾਂਗੇ। ਪਰ ਕਿਸੇ ਧਾਰ ਅਸੀਂ ਜਿਹੜੀ ਐਫ ਆਈ ਆਰ ਦਰਜ ਕੀਤੀ ਹੈ ਉਹਦੇ ਵਿੱਚ ਅਸੀਂ ਜੋ ਵੀ ਮਤਲਬ ਕਿ ਲੀਗਲ ਐਕਸ਼ਨ ਲੀਗਲ ਸੈਕਸ਼ਨਸ ਬਣਦੇ ਹੈ ਐਸ ਪਰ ਲੋਅ, ਅਸੀਂ ਐਕਸ਼ਨ ਲੈ ਕਰਕੇ ਇਹਨਾਂ ਨੂੰ ਹੁਣ ਅਰੈਸਟ ਕਰ ਲਿਆ ਹੈ, ਔਰ ਬਾਕੀ ਇਹ ਜਿਹੜੇ ਤੱਥ ਹੈ ਸਾਰੇ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਹਮਣੇ ਆਉਣਗੇ। ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ, ਇਹ ਹੁਣ ਸਾਡੇ ਵੱਲੋਂ ਅਰੈਸਟ ਕਰ ਲਿੱਤੇ ਗਏ ਹੈ, ਔਰ ਜੋ ਵੀ ਇਹਨਾਂ ਦਾ ਮਤਲਬ ਜੋ ਵੀ ਇਹਨਾਂ ਦੀ ਕੋਈ ਮਨਸ਼ਾ ਸੀ ਜਾਂ ਜੋ ਵੀ ਗੱਲ ਸੀਗੀ ਉਹ ਸਾਰੀ ਮਤਲਬ ਕਿ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸਾਰੇ ਤੱਥਾਂ ਨੂੰ ਥਰਲੀ ਇਨਵੈਸਟੀਗੇਟ ਕਰਾਂਗੇ। ਸਰ ਆਈਪੀ ਦੇ ਉੱਤੇ 295A 298149 ਅਤੇ ਆਈਪੀਸੀ ਅਤੇ ਸੈਕਸ਼ਨ 66 ਇਨਫੋਰਮੇਸ਼ਨ ਟੈਕਨੋਲੋਜੀ ਐਕਟ। ਥੈਂਕ ਯੂ ਵੈਰੀ ਮੱਚ। ਆਵਾਜ਼ੀ ਕੌਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।